ਇਹ ਮਨਸਾ ਦੇਵੀ ਦਾ ਮੇਨ ਗੇਟ ਆ, ਇਹਦੇ ਵਿੱਚ ਦੀ ਨਾ ਜਾ ਕੇ ਰੋਪਵੇ ਦੀਆਂ ਟਿਕਟਾਂ, ਜੇ ਪੈਦਲ ਜਾਣਾ ਤਾਂ ਪੈਦਲ ਜਾ ਸਕਦੇ ਹੋ। ਅਤੇ ਇਹ ਜਿਹੜਾ ਰਾਹ ਆ ਇਹ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਨੂੰ ਆਉਂਦਾ ਆ ਇਹ। ਅਤੇ ਜਿਹੜਾ ਆਹ ਰਾਹ ਆ ਇਹ ਹਰਕੀ ਪੌੜੀ ਨੂੰ ਜਾਂਦਾ ਆ, ਸਿੱਧਾ ਰਾਹ ਹਰਕੀ ਪੌੜੀ ਨੂੰ। ਅਤੇ ਆਹ ਮੇਨ ਗੇਟ ਆ, ਅੰਦਰ ਨੂੰ ਜਾ ਕੇ ਮਨਸਾ ਦੇਵੀ ਦੇ ਮੰਦਰ ਨੂੰ ਸਿੱਧਾ ਤੁਸੀਂ ਜਾ ਸਕਦੇ ਹੋ, ਚਾਹੇ ਪੈਦਲ ਚਾਹੇ ਰੋਪਵੇ ਰਾਹੀਂ ਟਿਕਟਾਂ ਲੈ ਕੇ। ਇਹ ਭੀਮ ਜੀ ਦੀ ਉਰੇ ਨਾ ਮੂਰਤੀ ਲੱਗੀ ਹੋਈ ਆ, ਅਤੇ ਇਹ ਭੀਮ ਚੌਂਕ ਆ ਇਹ। ਅਤੇ ਆਹ ਭੀਮ ਗੁੱਡਾ ਬਣਿਆ ਹੋਇਆ ਸਾਹਮਣੇ, ਅਤੇ ਇਹਦੇ ਅੰਦਰ ਮੰਦਰ ਵੀ ਆ, ਅਤੇ ਉਹਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ। ਅਤੇ ਤੁਹਾਨੂੰ ਅਸੀਂ ਤਾਂ ਕਰਾਵਾਂਗੇ ਜ਼ਰੂਰ, ਆਜੋ ਦਰਸ਼ਨ ਕਰਾਉਂਦੇ ਹਾਂ ਅੰਦਰ। ਇਹ ਸਥਾਨ ਆ ਜੀ ਭੀਮ ਗੋਡਾ ਦੇ ਨਾਂ ਉੱਤੇ, ਅਤੇ ਇਹ ਪੰਡਿਤ ਜੀ ਨੇ ਉਰੇ ਇਹ ਸੇਵਾ ਕਰਦੇ ਨੇ ਉਰੇ। ਅਤੇ ਇਹਦਾ ਕੀ ਇਤਿਹਾਸ ਆ ਜੀ, ਇਹਦਾ ਇਹ ਭੀਮ ਗੋਡੇ ਦਾ ਕਿਆ ਇਤਿਹਾਸ ਆ ਜੀ? ਜੀ ਮਹਾਂਭਾਰਤ ਯੁੱਧ ਕੀ ਬਾਤ ਆ। ਅੱਛਾ ਜੀ। ਪਾਂਡਵ ਕੌਰਵ ਨੇ ਯੁੱਧ ਹੋ ਨਾ। ਅੱਛਾ ਜੀ। ਇੱਕ ਸੇ ਕੌਰਵ ਮਾਰੇਗਾ ਅਤੇ ਇੱਕ ਸੇਕ ਮੈਂ ਤੇ ਗੰਗਾ ਤੋਂ ਭੀਸ਼ਮ ਪਿਤਾ ਸੈਨਾਪਤੀ। ਅੱਛਾ। ਔਰ ਜਿਨਨੇ ਉਹਨੇ ਬਾਣੋ ਕੀ ਸਹੀ ਆ ਕੇ ਪਾੜਾ ਤਾ। ਅੱਛਾ ਅੱਛਾ ਅੱਛਾ। ਇਹ ਸੁਰਗ ਲੋਕ ਨਹੀਂ ਜਾ ਰਹੇ, ਇਸ ਲਈ ਵੀ ਆਪਣੀ ਰਾਜ ਸੰਪਤੀ ਤਰਾਗਨ ਕਰਕੇ ਗੁਰੂ ਛੇਤਕ ਮੈਂ। ਅੱਛਾ ਜੀ। ਹਰਿਦੁਆਰ ਆਏ ਕੇ। ਅੱਛਾ ਅੱਛਾ। ਗੰਗਾ ਸੇ ਮਾਫੀ ਮਾਗੀ, ਗੰਗਾ ਸੇ ਭੀਮ ਨੇ ਘੁਟਨ ਨਵਾ ਕਰ। ਅੱਛਾ। ਗੰਗਾ ਜੀ ਸੇ ਇਮ੍ਰਿਤ ਮਾਗੋ ਤੋ ਵੀ ਇਮ੍ਰਿਤ ਦੋ ਜੀ ਭਾਗੀ ਰੱਖੂੰਗਾ। ਅੱਛਾ। ਗੰਗਾ ਜੀ ਨੇ ਇਮ੍ਰਿਤ ਦੋ ਤੋ ਭੀਮ ਨੇ ਆਪਣੀ ਮਾਂ ਕੋ ਦੋ ਤੋ ਉਨਕੀ ਮਾਂ ਨੇ ਆਪਣੇ ਜਿਤਨੇ ਪਿੱਤਰਾਂ ਤੇ ਉਹਨੇ ਤ੍ਰਿਪਨ ਕੀਆ ਤਾਂ ਵੀ ਯਹਾਂ ਸੇ ਸੁਰਖ ਪਹੁੰਚ ਗਏ। ਅੱਛਾ ਅੱਛਾ। ਇਹ ਆ ਜੀ ਭੀਮ ਗੋਡਾ ਸਥਾਨ ਜੀ, ਅਤੇ ਹਰਿਦੁਆਰ ਇਹ ਬਣਿਆ ਹੋਇਆ, ਅਤੇ ਇਹ ਮੰਦਰ ਬਣੇ ਹੋਏ ਨੇ ਜੀ। ਇੱਕ ਤਾਂ ਮੰਦਰ ਆ ਜੀ, ਆਹ ਦੇਖੋ ਜੀ ਤਾਂ ਮੰਦਰ ਆ, ਯਾਨੀ ਇਹ ਪੁਰਾਣੇ ਮੰਦਰ ਬਣੇ ਹੋਏ ਨੇ ਬਹੁਤ ਜ਼ਿਆਦਾ। ਇਹ ਪੁਰਾਣੇ ਮੰਦਰ ਬਣੇ ਹੋਏ ਨੇ ਬਹੁਤ ਜ਼ਿਆਦਾ, ਦੇਖੋ ਹਰਿਦੁਆਰ। ਇਹ ਭੀਮ ਗੁੱਡਾ ਦੇ ਨਾਂ 'ਤੇ ਨੇ ਇਹ, ਇਹ ਹਨੂੰਮਾਨ ਜੀ ਦਾ ਮੰਦਰ ਆ। ਇਹ ਆਹ ਆ ਕੁੰਡ, ਉਹ ਭੀਮ ਗੋਡਾ ਕਹਿੰਦੇ ਨੇ। ਇਹ ਜਗ੍ਹਾ ਬਣੀ ਹੋਈ ਆ ਉਰੇ ਹਰਿਦੁਆਰ, ਹਰਿਦੁਆਰ ਆਹ ਸਥਾਨ ਹੈ ਜੀ। ਆ ਜੀ ਜਗ੍ਹਾ ਹਰਿਦੁਆਰ। ਇਹ ਪਾਵਨ ਧਾਮ ਬਣਿਆ ਹੋਇਆ ਆ, ਅਤੇ ਇਹ ਸਾਰਾ ਮੰਦਰ ਅੰਦਰ ਕੱਚ ਦਾ ਬਣਿਆ ਹੋਇਆ ਆ, ਅਤੇ ਕੱਚ ਦੀਆਂ ਬਹੁਤ ਸੋਹਣੀਆਂ ਅੰਦਰ ਮੂਰਤੀਆਂ ਬਣਾਈਆਂ ਹੋਈਆਂ ਨੇ। ਅਤੇ ਆਹ ਜੋੜਾ ਘਰ ਆ, ਇੱਥੇ ਤੁਸੀਂ ਜੋੜਾ ਲਾ ਦਿਓ ਆਪਣਾ। ਇਹ ਅੰਦਰ ਮੂਰਤੀਆਂ ਬਣੀਆਂ ਹੋਈਆਂ ਨੇ, ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਨੇ ਅੰਦਰ, ਕੱਚ ਦੀ ਕਿੰਨੀ ਵੱਡੀ ਆ ਕਲਾਕਾਰੀ ਕੀਤੀ ਹੋਈ ਆ, ਬਹੁਤ ਸੋਹਣੀਆਂ ਬਣਾਈਆਂ ਹੋਈਆਂ ਨੇ ਮੂਰਤੀਆਂ ਇਹ। ਅੰਦਰ ਦੇਖੋ ਸਾਰਾ ਕੱਚ ਲਾਇਆ ਹੋਇਆ, ਬਹੁਤ ਸੋਹਣੀਆਂ ਨੇ, ਅਤੇ ਬਹੁਤ ਜਾਣੀ ਚਮਕਦਾ ਮੰਦਰ ਇਹ। ਅੰਦਰ ਜਾ ਕੇ ਤੁਸੀਂ ਦੇਖੋ ਜ਼ਰੂਰ, ਇਹ ਬਹੁਤ ਸੋਹਣਾ ਮੰਦਰ ਬਣਾਇਆ ਹੋਇਆ ਆ, ਸਾਰਾ ਹੀ ਕੱਚ ਦਾ ਲਾਇਆ ਹੋਇਆ ਅੰਦਰ। ਆ ਥੰਮਲੇ ਨੇ ਦੇਖੋ ਬਣੇ ਹੋਏ ਪਿੱਲਰ, ਇਹ ਵੀ ਕੱਚ ਲਾਇਆ ਹੋਇਆ, ਇਹਨਾਂ ਦੇ ਉੱਤੇ ਕੱਚ ਦੇ ਬਣਾਏ ਹੋਏ ਨੇ। ਅੰਦਰ ਵੀ ਸਾਰੀਆਂ ਮੂਰਤੀਆਂ ਕੱਚ ਦੀਆਂ ਬਣੀਆਂ ਹੋਈਆਂ ਨੇ, ਜਾਣੀ ਤੁਸੀਂ ਜੇ ਮੂਰਤੀਆਂ ਨੂੰ ਝੁੱਕ ਕੇ ਦੇਖਦੇ ਹੋ ਨਾ ਅੰਦਰ ਨੂੰ ਵਿੱਚ ਨੂੰ, ਤਾਂ ਤੁਹਾਨੂੰ ਕਈ ਕਈ ਦੂਰ ਦੂਰ ਤੱਕ ਮੂਰਤੀਆਂ ਦਿਖਦੀਆਂ ਨੇ, ਇੰਨਾ ਵਧੀਆ ਸਿਸਟਮ ਕੀਤਾ ਆ ਅੰਦਰ, ਬਹੁਤ ਸੋਹਣਾ ਲੱਗਦਾ ਆ ਇਹ। ਅਤੇ ਜਦੋਂ ਜਾਂਦੇ ਹੋ ਹਰਿਦੁਆਰ ਜ਼ਰੂਰ ਜਾਇਓ, ਇੱਥੇ ਦੇਖਿਓ ਜਾਣੀ ਇਹ ਪਾਵਨ ਧਾਮ ਦੇ ਵਿੱਚ। ਅਤੇ ਇਹਨੂੰ ਸ਼ੀਸ਼ ਮਹਿਲ ਵੀ ਕਹਿੰਦੇ ਨੇ, ਕੱਚ ਦਾ ਸ਼ੀਸ਼ ਮਹਿਲ ਇਹਦਾ ਨਾਂ ਰੱਖਿਆ ਹੋਇਆ ਆ, ਬਹੁਤ ਸੋਹਣਾ ਬਣਿਆ ਹੋਇਆ ਜਾਣੀ, ਅਤੇ ਮਨ ਨੂੰ ਬਹੁਤ ਮੋਹਦਾ ਆ, ਬਹੁਤ ਸੋਹਣਾ ਬਣਿਆ ਹੋਇਆ। ਭਗਵਾਨ ਦੀਆਂ ਬਹੁਤ ਵਧੀਆ ਅੰਦਰ ਮੂਰਤੀਆਂ ਬਣਾਈਆਂ ਹੋਈਆਂ ਨੇ, ਮੂਰਤੀਆਂ ਲੱਗੀਆਂ ਹੋਈਆਂ ਨੇ, ਬਹੁਤ ਸੋਹਣਾ ਬਣਿਆ ਹੋਇਆ। ਇੰਨਾ ਸੋਹਣਾ ਲੱਗਦਾ ਮੰਦਰ, ਬਹੁਤ ਸੋਹਣਾ ਲੱਗਦਾ ਆ, ਸ਼ੀਸ਼ਿਆਂ ਲਾਉਣ ਕਾਰਨ ਬਹੁਤ ਸੋਹਣਾ ਲੱਗਦਾ ਮੰਦਰ। ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਆ ਸ਼ੀਸ਼ਿਆਂ ਕਰਕੇ ਮੰਦਰ। ਗੋਪਾਲ ਸ਼੍ਰੀ ਕ੍ਰਿਸ਼ਨ ਜੀ, ਭਗਵਾਨ ਸ਼੍ਰੀ ਕ੍ਰਿਸ਼ਨ, ਦੇਖੋ ਕਿੰਨਾ ਸੋਹਣਾ ਲੱਗਦਾ। ਇਹ
ਇਹ ਬੱਚੇ ਫਿਰਦੇ ਨੇ ਅੰਦਰ, ਇਹ ਸ਼ੋਰ ਪਾ ਰਹੇ ਨੇ, ਯਾਨੀ ਬੱਚੇ ਰੱਬ ਦਾ ਰੂਪ ਹੁੰਦੇ ਨੇ, ਲੱਗੇ ਹੋਏ ਨੇ ਉੱਚੀ ਉੱਚੀ ਮੂਰਤੀਆਂ ਨੂੰ ਦੇਖ ਕੇ ਰੌਲਾ ਪਾਉਣ ਵੀ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਨੇ। ਆਹ ਰੱਥ ਜੀ, ਅਤੇ ਉਹ ਦੇਖੋ ਹਨੂੰਮਾਨ ਜੀ ਉੱਤੇ ਬੈਠੇ ਨੇ, ਰਕਸ਼ਾ ਕਰ ਰਹੇ ਨੇ, ਆਹ ਬੈਠੇ ਨੇ ਹਨੂੰਮਾਨ ਜੀ, ਦੇਖੋ ਰੱਥ। ਇਹ ਅੰਦਰ ਸ਼ਿਵਲਿੰਗ ਬਣਿਆ ਹੋਇਆ ਆ, ਅਤੇ ਉਹ ਸਾਹਮਣੇ ਭਗਵਾਨ ਸ਼ੰਕਰ ਸ਼ਿਵ ਜੀ ਭਗਵਾਨ ਦੀ ਮੂਰਤੀ ਬਣੀ ਹੋਈ ਆ, ਅਤੇ ਉਹ ਨੰਦੀ ਜੀ ਨੇ, ਅਤੇ ਆਹ ਬਣਿਆ ਹੋਇਆ ਸ਼ਿਵਲਿੰਗ। ਇਹ ਹਰਕੀ ਪੌੜੀ ਦਾ ਗੇਟ ਆ ਇਹ, ਅਤੇ ਇਹ ਤੋਂ ਅੱਗੇ ਵੀ ਗੇਟ ਆ, ਇਹਦੇ ਅਸੀਂ ਇਹਦੇ ਸਾਹਮਣੇ ਖੜ੍ਹੇ ਹਾਂ। ਅਤੇ ਇਹ ਆ ਜੀ ਪਵਿੱਤਰ ਗੰਗਾ, ਬਹੁਤ ਪਵਿੱਤਰ ਆ, ਬਹੁਤ ਸੋਹਣੀ ਬਣੀ ਹੋਈ ਆ, ਬਹੁਤ ਸਾਫ਼ ਪਾਣੀ ਆ, ਜਿਹੜੀ ਸਾਨੂੰ ਇਸ ਗੰਗਾ ਨੂੰ ਇੱਦਾਂ ਹੀ ਪਵਿੱਤਰ ਰੱਖਣਾ ਚਾਹੀਦਾ ਜਿਵੇਂ ਇੱਥੇ ਹਰਿਦੁਆਰ ਆ, ਬਹੁਤ ਸੋਹਣੀ ਲੱਗਦੀ ਆ, ਬਹੁਤ ਪਵਿੱਤਰ ਆ। ਅਤੇ ਇਹ ਹਰਕੀ ਪੌੜੀ ਆ ਜੀ, ਇਸ ਜਗ੍ਹਾ ਦੇ ਉੱਤੇ ਨਾ ਗੰਗਾ ਜੀ ਦੀ ਆਰਤੀ ਹੁੰਦੀ ਆ, ਇਹ ਹਰਕੀ ਪੌੜੀ ਆ, ਅਤੇ ਸ਼ਾਮ ਦਾ ਦ੍ਰਿਸ਼ ਆ, ਸੰਗਤ ਬੈਠੀ ਆਰਤੀ ਦੇਖਣ ਲਈ, ਅਤੇ ਉਸ ਜਗ੍ਹਾ 'ਤੇ ਉਹ ਸਾਹਮਣੇ ਆਰਤੀ ਹੋਣੀ ਆ, ਅਤੇ ਸੰਗਤ ਇੰਤਜ਼ਾਰ ਕਰ ਰਹੀ ਆ, ਅਤੇ ਪਾਲਕੀ ਸਾਹਿਬ ਲੈਣ ਗਏ ਹੋਏ ਨੇ, ਅਤੇ ਉਹ ਸਾਹਮਣੇ ਆ ਗਈ, ਪਾਲਕੀ ਸਾਹਿਬ ਲੈ ਕੇ ਆ ਗਏ ਨੇ ਪਾਲਕੀ ਸਾਹਿਬ, ਅਤੇ ਇਹਨੂੰ ਹੁਣ ਉੱਥੇ ਸੁਸ਼ੋਭਿਤ ਕਰਨਗੇ। ਪਾਲਕੀ ਸਾਹਿਬ ਸੁਸ਼ੋਭਿਤ ਹੋਣ ਤੋਂ ਬਾਅਦ ਫਿਰ ਆਰਤੀ ਸਟਾਰਟ ਹੋ ਜਾਣੀ ਆ। ਮਾਤਾ ਗੰਗਾ ਜੀ ਦੀ ਆਰਤੀ ਸਮਾਪਤੀ ਹੋ ਚੁੱਕੀ ਹੈ, ਅਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਵਧੀਆ ਵਧੀਆ ਕਮੈਂਟਸ ਕਰਿਓ। ਜੈ ਮਾਂ ਗੰਗੇ। ਗੰਗਾ ਜੀ ਦੇ ਕਿਨਾਰੇ ਨਾ ਹਾਈਵੇ ਦੇ ਉੱਤੇ ਇਹ ਸ਼ਿਵਜੀ ਭਗਵਾਨ ਦੀ ਬਹੁਤ ਵੱਡੀ ਪ੍ਰਤਿਮਾ ਲੱਗੀ ਹੋਈ ਆ, ਅਤੇ ਬਹੁਤ ਸੋਹਣੀ ਪ੍ਰਤਿਮਾ ਬਣਾਈ ਹੋਈ ਆ। ਬਾਕੀ ਉਰੇ ਨਾ ਕਿਤੇ ਵੀ ਜਾਣ ਲਈ ਆਟੋ
बहुत ज़्यादा मिलते हैं, कोई ज़्यादा किराया नहीं होंगे, 10-20 रुपए किराया लैके तुसी किते भी आसानी नाल जा सकते हो, तो महंगा नहीं है, सस्ता ही है सारा कुछ। तो जाओ हरिद्वार घूमो तो अपने परिवार नाल आनंद लवो।